ਮੈਂ ਤੁਸੀਂ ਆਰਾਮ ਨਾਲ ਸਾਰੀ ਗੱਲਾਂ ਆਰਾਮ ਨਾਲ ਹੋਇਆ ਕਰਦੀਆਂ ਹੁੰਦੀਆਂ ਠੰਡ। ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਵਜੋਤ ਭਾਜੀ ਬੋਲਦੇ ਹੋ ਨਾ? ਹਾਂਜੀ ਨਵਜੋਤ ਬੋਲ ਰਹੇ ਹਾਂ। ਹਾਂਜੀ ਭਾਜੀ ਉਹੀ ਤੁਸੀਂ ਬਿਜਲੀ ਬੋਰਡ 'ਚ ਲੱਗੇ ਹੋ ਨਾ ਕੰਪਿਊਟਰ ਪ੍ਰੋਗਰਾਮਰ? ਹਾਂਜੀ ਹਾਂਜੀ ਹਾਂਜੀ। ਉਹ ਭਾਜੀ ਏਦਾਂ ਸੀਗਾ ਕਿ ਅਸੀਂ ਨਾ ਕੰਪਲੇਂਟ ਦਰਜ ਕਰਾਈ ਸੀਗੀ, ਸਾਡਾ ਆ ਗਿਆ ਸੀ ਬਿੱਲ ਬਹੁਤ ਜ਼ਿਆਦਾ। ਅੱਛਾ ਜੀ। ਤੇ ਉਹ ਕਹਿੰਦੇ ਕਿ ਇਹ ਸਾਡਾ ਸਾਡੀ ਗਲਤੀ ਨਹੀਂ ਹੈ, ਕੰਪਿਊਟਰ ਪ੍ਰੋਗਰਾਮਰ ਦੀ ਗਲਤੀ ਹੈਗੀ ਹੈ। ਨਹੀਂ ਇਹ ਤਾਂ ਹੁਣ ਕੰਪਿਊਟਰ ਪ੍ਰੋਗਰਾਮਰ ਦਾ ਤਾਂ ਕੀ ਹੈ ਚ ਗਲਤੀ ਹੈਗੀ ਹੈ ਜੀ? ਨਹੀਂ ਹੁਣ ਤੁਸੀਂ ਗਲਤ ਟਾਈਪ ਕਰਤਾ ਹੋਣਾ ਨਾ। ਉਹ ਤਾਂ ਅਸੀਂ ਅਸੀਂ ਤਾਂ ਬਿੱਲ ਟਾਈਪ ਕਰਨਾ ਹੀ ਕੁਛ ਨਹੀਂ ਗਾ, ਜੋ ਡਾਟਾ ਉੱਥੋਂ ਸਾਡੀ ਨੂੰ ਵੱਲੋਂ ਆਉਣਾ ਹੈ ਉਹੀ ਗਾਂ ਅਸੀਂ ਤਾਂ ਭੇਜਣਾ, ਅਸੀਂ ਤਾਂ ਵਿੱਚ ਕੁਛ ਵੀ ਨਹੀਂ ਕਰਨਾ। ਨਹੀਂ ਸਾਨੂੰ ਤਾਂ ਉਹਨਾਂ ਨੇ ਇਹੀ ਕਿਹਾ ਕਿ ਵੀ ਕੰਪਿਊਟਰ ਪ੍ਰੋਗਰਾਮਰ ਨੂੰ ਪੁੱਛੋ, ਉਹਨੂੰ ਪਤਾ ਹੈ ਸਾਡਾ ਤਾਂ 36,000 ਰੁਪਏ ਬਿੱਲ ਆ ਗਿਆ, ਹੁਣ ਦੱਸੋ ਅਸੀਂ 36,000 ਰੁਪਏ ਭਰਾਈਏ ਕਿ ਕੀ ਕਰੀਏ? ਇਹ ਤਾਂ ਜੀ ਹੁਣ ਸਬ ਡਿਵੀਜ਼ਨ ਦੀ ਗਲਤੀ ਹੈ, ਤੁਸੀਂ ਸਬ ਡਿਵੀਜ਼ਨ ਨੂੰ ਆਖੋ ਜੀ। ਨਹੀਂ ਸਬ ਡਿਵੀਜ਼ਨ ਨਹੀਂ, ਹੁਣ ਅਸੀਂ ਉਹ ਉਧਰ ਡਿਵੀਜ਼ਨ 'ਚ ਭੇਜ ਦਿੰਦੇ ਹਾਂ, ਉਹ ਉਧਰ ਭੇਜ ਦਿੰਦੇ ਹਾਂ, ਐ ਨਹੀਂ ਅਸੀਂ ਕੇਸ ਕਰਾਂਗੇ, ਜਾਂ ਤਾਂ ਤੁਸੀਂ ਪੈਸੇ ਦਿਓ। ਇਹ ਤਾਂ ਸਾਡੇ ਤੋਂ ਤਾਂ ਪੈਸੇ ਮਿਲਣੇ ਨਹੀਂਗੇ, ਹੁਣ ਤੁਸੀਂ ਜੋ ਕੇਸ ਕਰਨਾ ਹੈ ਕੇਸ ਕਰ ਦਿਓ, ਤੁਸੀਂ ਸਾਨੂੰ ਕੁਛ ਨਹੀਂ ਪਤਾ ਯਾਰ। ਸਾਰੇ ਤੁਹਾਡਾ ਨਾਮ ਬੋਲਦੇ ਪਏ ਆ ਕਿ ਉਹਨਾਂ ਨੂੰ ਪਤਾ? ਜਿਹੜਾ ਯਾਰ ਜਿਹਦਾ ਜਿਹੜ ਮਰਜ਼ੀ ਨਾਂ ਬੋਲੀ ਜਾਂਦਾ, ਮੇਰਾ ਨਾਮ ਨਵਜੋਤ ਸਿੰਘ ਐਲਾ ਕਰਦੇ ਕੇਸ ਯਾਰ। ਮੈਂ ਘਰੇ ਵੀ ਆਊਂਗਾ। ਆਜਾ ਯਾਰ, ਮੈਂ ਘਰੇ ਯਾਰ ਨੂੰ ਆਜਾ ਯਾਰ। ਅੱਛਾ ਮੈਂ ਕੇਕ ਲੈ ਕੇ ਆਉਣ ਵਾਲੇ ਯਾਰ, ਜੋ ਮਰਜ਼ੀ ਲੈ ਕੇ ਆਜੇ। ਮੈਂ ਕਿਹਾ ਜੀ ਹੈਪੀ ਬਰਥਡੇ ਟੂ ਯੂ। ਹਾਂਜੀ ਅੱਛਾ ਜੀ, ਥੈਂਕ ਯੂ ਸਰ। ਹਾਂਜੀ ਕੌਣ ਬੋਲ ਰਹੇ? ਜੱਸੀ ਬੋਲਦਾ ਜੀ, ਰੇਡੀਓ ਸਟੇਸ਼ਨ 94.3 ਮਾਈ ਐਫਐਮ ਤੋਂ। ਅੱਛਾ ਜੀ, ਹੋਰ ਸਰ ਕੀ ਹਾਲ ਹੈ ਜੀ? ਆਪਣੇ ਵਧੀਆ ਜੀ ਵਧੀਆ। ਤੇ ਜਨਾਬ ਤੁਹਾਡੇ ਲਈ ਕਿਸੇ ਨੇ ਵਧਾਈ ਭੇਜੀ ਹੈ? ਅੱਛਾ ਜੀ, ਕਿਹਨਾਂ ਨੇ ਭੇਜੀ ਹੈ ਜੀ? ਇਹ ਅੱਛਾ ਇਹ ਦੱਸੋ ਕਿ ਹਰ ਵੀਰਵਾਰ ਨੂੰ ਤੁਸੀਂ ਇਹ ਕਿਹਨੂੰ ਕਹਿੰਦੇ ਹੁੰਦੇ ਹੋ? ਆ ਜਾਓ ਫਿਰ, ਚੱਲੀਏ ਪਾਪ ਕਰਨ, ਪਾਪ ਕਰਕੇ ਆਈਏ ਮਾੜਾ ਜਿਹਾ। ਇਹ ਮੈਂ ਆਪਣੇ ਮਾਮਾ ਜੀ ਨੂੰ ਕਹਿੰਦਾ। ਨਹੀਂ ਨਾਮ ਬੋਲੋ ਮਾਮਾ ਜੀ ਦਾ। ਮਨਪ੍ਰੀਤ। ਬਿਲਕੁਲ, ਇਹ ਉਹਨਾਂ ਦੇ ਵੱਲੋਂ ਵਧਾਈ ਹੈ। ਅੱਛਾ ਜੀ। ਅੱਛਾ ਵੈਸੇ ਇੱਕ ਵਾਰੀ ਤਾਂ ਦਿਮਾਗ 'ਚ ਆਇਆ ਹੋਣਾ ਯਾਰ ਇਹ ਕੌਣ ਹੈ, ਕੀ ਹੈ ਬੰਦਾ ਇਹ? ਮੈਂ ਤਾਂ ਕਿਹਾ ਵੀ ਵੈਸੇ ਕੋਈ ਨਾ ਵੀ ਜਾਂ ਤਾਂ ਕਿਸੇ ਨੂੰ ਗਲਤ ਫਹਿਮੀ ਪਾਤੀ ਸਾਡੀ ਨਾਲ ਵੀ ਨਾ, ਆਪਦਾ ਜਦੋਂ ਕੋਈ ਗਲਤੀ ਹੋ ਜਾਏ ਅੱਛਾ ਬੋਝ ਲਾਉਣ ਵਾਸਤੇ ਹੀ ਉਹ ਨਾ ਗਾਂ ਕਿਸੇ ਤੇ ਪਾ ਆਉਂਦੇ ਆ, ਉਵੇਂ ਵਹਿਮ ਨਾ ਪਾਤਾ ਹੋਵੇ ਉਹਨਾਂ ਨੇ।